ਫਸਟ ਵੇ ਚੈਨਲ ਵੇਖਦੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ। ਹਰ ਸਾਲ ਦੀ ਤਰ੍ਹਾਂ ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ ਮਹਾਂਸ਼ਿਵਰਾਤਰੀ ਦੇ ਉਤਸਵ ਦੇ ਵਿੱਚ ਉਪਲਕਸ਼ ਦੇ ਵਿੱਚ ਜਿਹੜਾ ਕਿ ਹਰ ਸਾਲ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ, ਉਸ ਉਪਲਕਸ਼ ਵਿੱਚ ਜਿਹੜਾ ਕਿ ਅੱਜ ਪ੍ਰਬੰਧਕ ਕਮੇਟੀ ਮੈਂਬਰ ਵੀ ਮੌਜੂਦ ਨੇ, ਆਪਣਾ ਗੱਲਬਾਤ ਕੀ ਕਹਿਣਾ ਚਾਹੁੰਗੇ ਜਿਹੜੀ ਅੱਜ ਸ਼ੋਭਾ ਯਾਤਰਾ ਜੋ ਪੂਰੇ ਪ੍ਰਕਰਮਾ ਹੋਈ ਹੈ, ਕੀ ਕਹਿ ਰਹੇ? ਪ੍ਰਾਚੀਨ ਸ਼ਿਵਾਲਾ ਮੰਦਿਰ ਜੋ ਕਿ ਬਹੁਤ ਹੀ ਪ੍ਰਾਚੀਨ ਮੰਦਿਰ ਹੈ, 16ਵੀਂ ਵਿਸ਼ਾਲ ਸ਼ੋਭਾ ਯਾਤਰਾ ਇਸ ਵਾਰ ਕੱਢੀ ਗਈ ਹੈ। ਹਰ ਸਾਲ ਦੀ ਤਰ੍ਹਾਂ ਰਸ਼ ਵੱਧਦਾ ਹੀ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਸਮੂਹ, ਜੋ ਮਵਾੜਾ ਦੇਖ ਸਕਦੇ ਹੋ, ਲੰਗਰ ਕਮੇਟੀਆਂ ਦਾ ਉਤਸ਼ਾਹ ਦੇਖੋ, 1000 ਤੋਂ 2000 ਬੰਦਾ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੁੰਦਾ ਹੈ, ਭੋਲੇਨਾਥ ਦਾ ਆਸ਼ੀਰਵਾਦ ਲੈਂਦਾ ਹੈ। ਪ੍ਰਾਚੀਨ ਸ਼ਿਵਾਲਾ ਮੰਦਿਰ ਦੇ ਵਿੱਚ ਇਸ ਟਾਈਮ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸਾਡੀ ਪੁਰਜ਼ੋਰ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਮਹਾਯੱਗ ਦੇ ਵਿੱਚ ਹਿੱਸਾ ਪਾ ਕੇ, ਆਪਣਾ ਯੋਗਦਾਨ ਪਾ ਕੇ, ਉਸ ਪ੍ਰਭੂ ਦੀ ਕਿਰਪਾ ਦੇ ਪਾਤਰ ਬਣੋ। ਭੋਲੇਨਾਥ ਦਾ ਆਸ਼ੀਰਵਾਦ ਜਿਹੜਾ ਹੈ ਉਹ ਸਾਹਨੇਵਾਲ ਦੇ ਲੋਕਾਂ 'ਤੇ ਇੰਨਾ ਕੁ ਜ਼ਿਆਦਾ ਹੈ। ਸਾਹਨੇਵਾਲ ਸ਼ਿਵਾਲਾ ਮੰਦਿਰ ਦੇ ਵਿੱਚ ਸਾਕਸ਼ਾਤ ਮੂਰਤ ਹੈ, ਜਿਸ ਦੇ ਤੁਸੀਂ ਦਰਸ਼ਨ ਕਰਦੇ ਤੁਹਾਨੂੰ ਸਾਕਸ਼ਾਤ ਭੋਲੇ ਦੇ ਦਰਸ਼ਨ ਹੁੰਦੇ ਹਨ। ਪ੍ਰਾਚੀਨ ਸ਼ਿਵਲਿੰਗ ਹੈ, ਗਊਸ਼ਾਲਾ ਹੈ, ਹਾਲ ਹੈ। ਅਸੀਂ ਇੱਕ ਬੇਨਤੀ ਇਹ ਕਰਨੀ ਚਾਹਾਂਗੇ, ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ ਜਾਵੇ, ਚਾਹੇ ਉਹ ਸਿੱਖ ਧਰਮ ਹੈ, ਹਿੰਦੂ ਧਰਮ ਹੈ, ਈਸਾਈ ਧਰਮ ਹੈ। ਅਸੀਂ ਆਪਣੇ ਬੱਚਿਆਂ ਨੂੰ ਮੰਦਿਰ ਗੁਰਦੁਆਰੇ ਲੈ ਕੇ ਜਾਵਾਂਗੇ, ਉਹਨਾਂ ਨੂੰ ਸਿੱਖਿਆ ਦੇਵਾਂਗੇ, ਤਾਂ ਅੱਗੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹਨ। ਕਿਉਂਕਿ ਅੱਜ ਦਾ ਜੋ ਮਾਹੌਲ ਹੈ, ਸਾਡੇ ਬੱਚੇ ਬਹੁਤ ਜ਼ਿਆਦਾ ਫੋਰਨ ਨੂੰ ਰੁੱਖ ਕਰ ਰਹੇ ਹਨ, ਜਿਹਦੇ ਵਿੱਚ ਆਪਣੀ ਸੱਭਿਅਤਾ, ਆਪਣਾ ਧਰਮ ਖਤਮ ਹੋ ਰਿਹਾ ਹੈ। ਔਰ ਮੇਰੀ ਨਹੀਂ, ਸਾਡੀ ਸਾਰੀ ਕਮੇਟੀ ਮੈਂਬਰਾਂ ਦੀ, ਸਾਡੇ ਪੂਰੇ ਪਰਿਵਾਰ ਦੀ, ਸਾਡੇ ਪੂਰੇ ਸਾਹਨੇਵਾਲ ਹਲਕੇ ਦੀ ਇਹ ਮੰਗ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਧਰਮ ਨਾਲ ਜੋੜੋ, ਨਗਰ ਕੀਰਤਨ ਸ਼ੋਭਾ ਯਾਤਰਾ ਉੱਤੇ ਲੈ ਕੇ ਜਾਓ, ਉਹਨਾਂ ਨੂੰ ਆਪਣੇ ਸੰਸਕਾਰ ਸਿਖਾਓ। ਮਹਾਂਸ਼ਿਵਰਾਤਰੀ ਉਤਸਵ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ, ਲੇਕਿਨ ਕਈਆਂ ਨੂੰ ਕਾਰਨ ਨਹੀਂ ਪਤਾ ਹੁੰਦਾ ਵੀ ਇਹ ਮਹਾਂਸ਼ਿਵਰਾਤਰੀ ਕਿਉਂ ਮਨਾਈ ਜਾਂਦੀ ਹੈ, ਕੀ ਕਾਰਨ ਹੋ ਸਕਦਾ? ਮਹਾਂਸ਼ਿਵਰਾਤਰੀ ਵੈਸੇ ਮੈਂ ਇੰਨੇ ਯੋਗਾ ਤਾਂ ਹੈ ਨਹੀਂ, ਮੈਂ ਕਿਸੇ ਨੂੰ ਦੱਸ ਸਕਦਾ ਕਿਸ ਕਰਕੇ ਮਨਾਈ ਜਾਂਦੀ ਹੈ। ਪੂਰੇ ਵਿਸ਼ਵ ਨੂੰ ਪਤਾ ਹੈ ਕਿ ਇਹ ਭੋਲੇਨਾਥ ਦੇ ਵਿਆਹ ਦੇ ਰੂਪ 'ਚ ਮਨਾਈ ਜਾਂਦੀ ਹੈ। ਸਗਾਈ ਹੈ, ਮਹਿੰਦੀ ਹੈ, ਸ਼ਗਨ ਹੈ, ਵਿਆਹ ਹੈ। 18 ਤਰੀਕ ਨੂੰ ਭੋਲੇ ਦਾ ਸਾਡੇ ਦਾ ਵਿਆਹ ਹੈ ਜੀ। ਅੱਜ ਉਹਨਾਂ ਦੀ ਅਸੀਂ ਕਹਿ ਲਓ ਵੀ ਜਾਗੋ ਕੱਢੀ ਹੈ, ਜਾਂ ਜਿਸ ਤਰ੍ਹਾਂ ਵੀ ਸਮਝ ਸਕਦੇ ਹੋ। ਹਰ ਇੱਕ ਮੰਦਰ ਆਪਣਾ ਤਰੀਕਾ ਹੈ ਸੋਚਣ ਦਾ, ਸਮਝਣ ਦਾ। ਅਸੀਂ ਇੰਨੇ ਯੋਗ ਨਹੀਂ ਹੈ ਕਿਸੇ ਨੂੰ ਸਮਝਾ ਸਕੀਏ, ਬਸ ਭੋਲੇ ਦੇ ਵਿਆਹ ਸਾਰੇ ਸ਼ਾਮਿਲ ਹੋਏ ਆ ਜੀ ਭੋਲੇਨਾਥ ਕਰਕੇ। ਕਿਸ ਤਰ੍ਹਾਂ ਦਾ ਝਲਕੀਆਂ ਦਿਖਾਈਆਂ ਗਈਆਂ ਅੱਜ ਭਗਵਾਨ ਸ਼ਿਵ ਦੀਆਂ, ਭਗਵਾਨ ਕਾਲੀ ਮਾਤਾ ਦਾ ਮੰਦਿਰ, ਜਾਣੀ ਕਿ ਹੋਰ ਹਰੇਕ ਤਰ੍ਹਾਂ ਦੀ ਝਲਕਾਂ ਦਿਖਾਈਆਂ, ਕੀ ਦ੍ਰਿਸ਼ ਪੇਸ਼ ਕਰਦੇ? ਝਾਂਕੀਆਂ ਸਾਡੀ ਕੋਸ਼ਿਸ਼ ਹੁੰਦੀ ਹੈ, ਮੰਦਿਰ ਕਮੇਟੀ ਦਾ ਇੱਕ ਸੀਨੀਅਰ ਮੈਂਬਰ ਹੋਣ ਦੇ ਨਾਤੇ ਮੈਂ ਗੱਲ ਕਰ ਰਿਹਾ, ਸਾਡੀ ਕੋਸ਼ਿਸ਼ ਹੁੰਦੀ ਹਰ ਵਾਰ ਇਸ ਚੀਜ਼ ਨੂੰ ਥੋੜ੍ਹਾ ਚੇਂਜ ਦਿੱਤਾ ਜਾਵੇ। ਅਸੀਂ ਟਾਈਮ ਟੂ ਟਾਈਮ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਸਮਾਜ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਹੋਣਾ ਚਾਹੀਦਾ ਹੈ। ਸਾਨੂੰ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਅਸੀਂ ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਮਾਣਯੋਗ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਪੱਪੂ ਪ੍ਰਧਾਨ ਜੀ, ਰਮੇਸ਼ ਕੁਮਾਰ ਪੱਪੂ ਜੀ ਸਾਡੇ ਨਾਲ ਹਨ, ਇਹਨਾਂ ਦੇ ਇਸ ਤਰ੍ਹਾਂ ਦੇ ਪਤਵੰਤੇ ਸੱਜਣ, ਸਾਡੇ ਜੋ ਮਾਊਂਟਨ ਨੇ, ਸਾਡੇ ਜੋ ਜਿਨ੍ਹਾਂ ਦੇ ਇਹਨਾਂ ਦੇ ਬੇਟੇ ਕਰਨ ਅਨੇਜਿਆ ਜੀ, ਜੋ ਇਸ ਟਾਈਮ ਕੌਂਸਲਰ, ਸਾਡਾ ਮਤਲਬ ਇਹੀ ਹੁੰਦਾ ਇਹਨਾਂ ਲੋਕਾਂ ਨਾਲ ਸਭ ਨਾਲ ਗੱਲਬਾਤ ਕਰਕੇ ਧਰਮ ਦੇ ਕੰਮਾਂ ਨੂੰ ਉਸ ਹਿਸਾਬ ਨਾਲ ਮੋਟੀਵੇਟ ਕੀਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਕੋਈ ਅੱਛਾ ਸੰਦੇਸ਼ ਜਾਵੇ। ਔਰ ਝਾਂਕੀਆਂ ਇਸ ਵਾਰ ਸਾਨੂੰ 2-3 ਝਾਂਕੀਆਂ, ਸਾਡੇ ਬਜਰੰਗ ਬਲੀ ਦੀ ਝਾਂਕੀ ਸੀ, ਕੁਛ ਹੋਰ ਝਾਂਕੀਆਂ ਸਾਨੂੰ ਕਹੀਆਂ ਗਈਆਂ, ਸੁਜੈਸਟ ਕੀਤੀਆਂ ਗਈਆਂ, ਤਾਂ ਅਸੀਂ ਇਸ ਬੇਟੇ ਸ਼ਾਮਿਲ ਕੀਤੀਆਂ। ਅੱਜ 6 ਤੋਂ 7 ਝਾਂਕੀਆਂ ਦਾ ਸਮੂਹ ਹੈ। ਪੂਰੇ ਸਾਹਨੇਵਾਲ ਦੀ ਪ੍ਰਕਰਮਾ ਕਰ ਰਹੇ ਹੋ, ਸੰਗਤਾਂ ਦਾ ਸਹਿਯੋਗ ਕਾਫੀ ਮਿਲਿਆ, ਕਿਸ ਤਰ੍ਹਾਂ ਦਾ ਰਿਹਾ ਅੱਜ? ਸੰਗਤਾਂ ਦੇ ਵਿੱਚ ਤਾਂ ਜੀ ਮਹੀਨਾ ਪਹਿਲਾਂ ਹੀ ਜੋ ਸ਼ੁਰੂ ਹੋ ਜਾਂਦਾ ਹੈ, ਸਾਨੂੰ ਫੋਨ ਕਾਲ ਸੁਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਤੁਸੀਂ ਦੱਸੋ ਤੁਹਾਡਾ ਰੂਟ ਉਦਾਂ ਦਾ ਹੀ ਹੈ। ਸਾਡੇ ਲੰਗਰ ਇਸ ਤਰ੍ਹਾਂ ਨੇ, ਅਸੀਂ 2000-3000 ਬੰਦੇ ਦਾ ਲੰਗਰ ਕਰਾਂਗੇ। ਕਹਿਣ ਦਾ ਮਤਲਬ ਕਿ ਹਰ ਵਾਰੀ ਇਹ ਉਤਸ਼ਾਹ ਵੱਧਦਾ ਹੈ, ਘਟਨ ਵਿਆਹ ਵੱਧਦਾ ਹੈ, ਉਹ ਸਾਨੂੰ ਇਸੇ ਚੀਜ਼ ਦੀ ਜ਼ਰੂਰਤ ਹੈ। ਔਰ ਅਸੀਂ ਇਸ ਚੀਜ਼ ਨਾਲ ਉਸ ਭੋਲੇਨਾਥ ਦਾ ਆਸ਼ੀਰਵਾਦ ਸਮਝਦੇ, ਸਾਡੇ ਪੂਰੇ ਨਗਰ ਅਤੇ ਨਗਰ ਨਿਵਾਸੀਆਂ 'ਤੇ ਭੋਲੇਨਾਥ ਦਾ ਆਸ਼ੀਰਵਾਦ। ਕੀ ਕਹਿਣਾ ਚਾਹੋਗੇ ਅੱਜ ਸ਼ੋਭਾ ਯਾਤਰਾ ਦੇ ਉਪਲਕਸ਼ ਵਿੱਚ? ਸ਼ੋਭਾ ਯਾਤਰਾ ਹੋ ਰਹੀ ਹੈ ਕਿ? ਸ਼ੋਭਾ ਯਾਤਰਾ ਦਾ ਉਤਸ਼ਾਹ ਤੁਸੀਂ ਵੀਡੀਓਗ੍ਰਾਫੀ ਕਰਦੇ ਹੋ ਨੇ, ਸਾਰੇ ਰਸਤੇ ਦੇ ਵਿੱਚ ਦੇਖਿਆ ਹੀ ਹੈ ਕਿਸ ਤਰ੍ਹਾਂ ਨਗਰ ਦੇ ਨਿਵਾਸੀਆਂ ਨੇ, ਸਾਰਿਆਂ ਨੇ ਰਲ ਮਿਲ ਕੇ
ਕਿੰਨਾ ਉਤਸ਼ਾਹ ਦਿਖਾਇਆ ਵਾ, ਕਿੰਨੇ ਲੰਗਰ ਲੱਗੇ ਹੋਏ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਰਹੀ। ਅਸੀਂ ਇਹ ਸ਼ੋਭਾ ਯਾਤਰਾ ਦਾ ਮੇਨ ਸਾਡਾ ਮਕਸਦ ਇਹੀ ਹੁੰਦਾ ਵਾ, ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ, ਕਿਉਂਕਿ ਇਹਦੇ ਨਾਲ ਅਸੀਂ ਆਪਣੇ ਇੱਕ ਤਾਂ ਧਰਮ ਦਾ ਪ੍ਰਚਾਰ ਕਰ ਰਹੇ ਹਾਂ, ਧਰਮ ਦੇ ਪ੍ਰਚਾਰ ਦੇ ਨਾਲ ਯੰਗ ਬਲੱਡ ਨੂੰ ਇਹਦੇ ਨਾਲ ਜੁੜਨ ਨਾਲ ਉਤਸ਼ਾਹਿਤ ਕਰ ਰਹੇ ਹਾਂ। ਯੰਗ ਬਲੱਡ ਜੁੜੇ, ਨਸ਼ਿਆਂ ਤੋਂ ਦੂਰ ਰਹੇ, ਸਾਡੀ ਜਿਹੜੀ ਯੰਗ ਪੀੜ੍ਹੀ ਆ, ਜੇ ਅਸੀਂ ਮੰਦਰ ਜਾਵਾਂਗੇ ਤਾਂ ਸਾਡੇ ਬੱਚੇ ਜਾਣਗੇ, ਜੇ ਅਸੀਂ ਕੁਛ ਸਿੱਖਾਵਾਂਗੇ ਤਾਂ ਉਹਨਾਂ ਨੂੰ ਕੁਛ ਸਿਖਾ ਸਕਾਂਗੇ, ਜੇ ਅਸੀਂ ਨਹੀਂ ਮੰਦਰ ਜਾਣਾ ਤਾਂ ਸਾਡੇ ਬੱਚੇ ਕਿਵੇਂ ਜੁੜਨਗੇ। ਇਸ ਕਰਕੇ ਅੱਜ ਦੀ ਸਮੇਂ ਦੀ ਲੋੜ ਆ, ਅਸੀਂ ਕਿਸੇ ਵੀ ਕੋਈ ਵੀ ਧਾਰਮਿਕ ਸੰਸਥਾ, ਚਾਹੇ ਮੰਦਿਰ ਆ, ਚਾਹੇ ਗੁਰਦੁਆਰਾ ਵਾ, ਚਾਹੇ ਠਾਕਰ ਦੁਆਰਾ, ਚਾਹੇ ਕੋਈ ਵੀ ਚੀਜ਼ ਆ, ਜੇ ਅਸੀਂ ਉਹਦੇ ਨਾਲ ਜੁੜਾਂਗੇ ਤਾਂ ਸਾਡੇ ਬੱਚੇ ਜੁੜਨਗੇ, ਤਾਂ ਉਹ ਨਸ਼ਿਆਂ ਦੀ ਜਿਹੜੀ ਕੁਰੀਤੀ ਹੈ ਅੱਜ ਦੇ ਟਾਈਮ ਦੀ ਸਭ ਤੋਂ ਵੱਡੀ ਕੁਰੀਤੀ ਆ, ਇਹਤੋਂ ਦੂਰ ਰਹਿਣ। ਇਹੀ ਅੱਜ ਦਾ ਸਾਡਾ ਸਭ ਤੋਂ ਵੱਡਾ ਮੈਸੇਜ ਆ। ਕੀ ਕਹਿਣਾ ਚਾਹੋਗੇ ਅੱਜ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ, ਕੀ ਕਹੋਗੇ? ਅੱਜ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ, ਇਕੱਠ ਨੂੰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਲੋਕਾਂ 'ਚ ਸ਼ਿਵਰਾਤਰੀ ਬਾਰੇ ਕਿੰਨਾ ਮਤਲਬ ਕਿ ਵਿਸ਼ਵਾਸ ਹੈ। ਪੰਜਾਬ ਆਪਣੀ ਪ੍ਰਾਚੀਨ ਸ਼ਿਵਾਲਾ ਮੰਦਰ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਹੈ ਔਰ ਸਾਰੀ ਪਬਲਿਕ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਹੈ, ਜਿਨ੍ਹਾਂ ਨੇ ਇਹ ਸ਼ੋਭਾ ਯਾਤਰਾ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਔਰ ਬੜੀ ਕਾਮਯਾਬੀ ਹਾਸਲ ਹੋਈ ਹੈ। ਅੱਜ ਦੇਖੋ ਕਿੰਨੇ ਬੱਚੇ, ਔਰਤਾਂ, ਜਨਾਨੀਆਂ ਕਿੰਨੀ ਧੂਮਧਾਮ ਨਾਲ ਮਤਲਬ ਕਿ ਸ਼ੋਭਾ ਯਾਤਰਾ 'ਚ ਹਿੱਸਾ ਲਿਆ ਹੈ ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਲੋਕਾਂ ਦਾ ਵਿਸ਼ਵਾਸ ਪਰਮਾਤਮਾ 'ਚ ਬਣਿਆ ਰਹੇ ਔਰ ਇੱਦਾਂ ਦੇ ਸਮਾਗਮ ਚੱਲਦੇ ਰਹਿਣ। ਪੰਜਾਬ ਆਪਣੀ ਪ੍ਰਾਚੀਨ ਸ਼ਿਵਾਲਾ ਮੰਦਰ ਕਮੇਟੀ, ਪੁਰਾਣੀ ਨਾਲ ਅਨਾਜ ਦਾਣਾ ਮੰਡੀ ਔਰ ਬਾਕੀ ਹੋਰ ਲੋਕਾਂ ਦਾ ਜਿਹੜਾ ਸਹਿਯੋਗ ਹੈ, ਸਾਡੇ ਇੱਥੇ ਪ੍ਰਵਲਤੇ ਸੱਜਣ ਜਿਹੜੇ ਨਗਰ ਕੌਂਸਲ ਦੇ ਹੈਗੇ ਨੇ, ਕੌਂਸਲਰ ਹੈਗੇ ਨੇ, ਬਾਕੀ ਹੋਰ ਜਿਹੜੇ ਆੜ੍ਹਤੀ ਹੈਗੇ ਨੇ, ਇਹਨਾਂ ਨੇ ਸਾਰਾ ਬਹੁਤ ਸਹਿਯੋਗ ਦਿੱਤਾ ਔਰ ਅਸੀਂ ਇਹਨਾਂ ਦਾ ਤਹਿ ਦਿਲੋਂ ਮੰਦਰ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਔਰ ਸਾਰੇ ਹੀ ਜਿੰਨੇ ਚੈਨਲ ਵਾਲਿਆਂ ਨੇ ਸਾਡੀ ਇਹ ਖਬਰ ਲਾਈ ਹੈ ਔਰ ਸਾਨੂੰ ਸੁਣਿਆ ਹੈ, ਉਹਨਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਬਿਲਕੁਲ, ਮਹਾਂਸ਼ਿਵਰਾਤਰੀ ਜਿਹੜਾ ਉਤਸ਼ਵ ਆ ਕਿ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਕਿ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ, ਜਿਸ ਦੇ ਵਿੱਚ ਭਗਵਾਨ ਸ਼ਿਵ ਦੀ ਉਪਾਸਨਾ ਕੀਤੀ ਜਾਂਦੀ ਹੈ, ਪੂਜਾ ਕੀਤੀ ਜਾਂਦੀ ਹੈ, ਅਰਚਨਾ ਕੀਤੀ ਜਾਂਦੀ ਹੈ। ਜਿਹੜੀ ਅੱਜ ਸ਼ੋਭਾ ਯਾਤਰਾ ਪੂਰੇ ਸਾਹਨੇਵਾਲ ਦੇ ਵਿੱਚ ਪ੍ਰਕਰਮਾ ਹੋ ਰਹੀ ਹੈ, ਜਿਸ ਦੇ ਵਿੱਚ ਜਿਹੜਾ ਕਿ ਅੱਜ ਭਗਵਾਨ ਸ਼ਿਵ ਦੀਆਂ ਝਲਕੀਆਂ ਹੋਰ ਵੱਖ ਵੱਖ ਜਿਹੜੀਆਂ ਦਿਖਾਈਆਂ ਗਈਆਂ ਸ਼ੋਭਾ ਯਾਤਰਾ ਦੇ ਵਿੱਚ ਕਾਫੀ ਜਿਹੜਾ ਇਕੱਠਾ। ਅੱਜ ਸਾਹਨੇਵਾਲ ਦੀ ਜਿਹੜੀ 16ਵੀਂ ਸ਼ੋਭਾ ਯਾਤਰਾ ਜੋ ਪ੍ਰਾਚੀਨ ਸ਼ਿਵਾਲਾ ਮੰਦਿਰ ਤੋਂ ਕੱਢੀ ਜਾ ਰਹੀ ਹੈ, ਉਸ ਦੇ ਪਲੱਸ ਦੇ ਵਿੱਚ ਜਿਹੜੇ ਅੱਜ ਮੈਂਬਰਾਂ ਨੇ ਕਾਫੀ ਆਪਣਾ ਉਤਸ਼ਾਹ ਦਿਖਾਇਆ ਔਰ ਸੰਗਤ ਦਾ ਕਾਫੀ ਉਤਸ਼ਾਹ ਰਿਹਾ ਇਸ ਦੇ ਪ੍ਰਤੀ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਆ। ਸੋ ਇਸ ਤਰ੍ਹਾਂ ਹੀ ਹੋਰ ਅਪਡੇਟ ਪੇਸ਼ ਕਰਾਂਗੇ, ਤਦ ਤੱਕ ਸਾਨੂੰ ਦਿਓ ਇਜਾਜ਼ਤ। ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਿੰਦਰ ਸਿੰਘ, ਕੈਮਰਾਮੈਨ ਦੇ ਨਾਲ।